ਸਾਸੀ ਕਾਲ ਕਿਸਾਨ ਵੀਰੋ ਮੈਂ ਇੰਜੀਨੀਅਰ ਗੁਰਿੰਦਰ ਸਿੰਘ ਸਭ ਤੋਂ ਪਹਿਲਾਂ ਜਿਹੜੇ ਕਿਸਾਨ ਵੀਰ ਨਵੇਂ ਆਏ ਐ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਿਸਾਨ ਵੀਰੋ ਅੱਜ ਆਪਾਂ ਗੱਲ ਕਰਾਂਗੇ ਸੁਪਰ ਸੀਡਰ ਦੁਆਰਾ ਕੀਤੀ ਗਈ ਕਣਕ ਦੀ ਬਿਜਾਈ ਬਾਰੇ ਜਾਂ ਕਹਿ ਲਈਏ ਵੀ ਸੁਪਰ ਸੀਡਰ ਦੀ ਇੱਕ ਵੱਡੀ ਕਮੀ ਬਾਰੇ ਕਿਸਾਨ ਵੀਰੋ ਮੈਨੂੰ ਇਹ ਵੀਡੀਓ ਕਿਸੇ ਕਿਸਾਨ ਵੀਰ ਨੇ ਸੈਂਡ ਕੀਤੀ ਉਸਨੇ ਸੁਪਰ ਸੀਡਰ ਨਾਲ ਬਜਾਈ ਕੀਤੀ ਸੀ ਤਕਰੀਬਨ 10 ਦਿਨ ਹੋ ਚੁਕੇ ਅਜੇ ਤੱਕ ਉਸ ਦੀ ਕਣਕ ਨਹੀਂ ਨਿਕਲੀ ਉਸ ਦਾ ਕਾਰਨ ਇਹ ਸੀ ਵੀ ਜਦੋਂ ਉਹਨਾਂ ਨੇ ਸੁਪਰ ਸੀਡਰ ਨਾਲ ਬਜਾਈ ਕੀਤੀ ਉਸ ਵੇਲੇ ਜ਼ਮੀਨ ਦਾ ਬੱਤਰ ਥੋੜਾ ਘੱਟ ਸੀ ਆਪਾਂ ਜ਼ਿਆਦਾ ਘੱਟ ਨਹੀਂ ਕਹਿ ਸਕਦੇ ਸੁਪਰ ਸੀਡਰ ਨਾਲ ਬਜਾਈ ਹੋ ਗਈ ਜਿਹੜੇ ਆਪਾਂ ਝੋਨੇ ਦੇ ਬੁੱਥੇ ਸੁਪਰ ਸੀਡਰ ਨਾਲ نیچے ਨੱਪੇ ਆ ਉਸਨੇ ਵੀ ਆਪਣੀ ਨਵੀਂ ਖਿਚਣੀ ਹੈ ਪਹਿਲਾਂ ਵਾਤਰ ਥੋੜਾ ਘੱਟ ਹੋਣ ਕਰਕੇ ਜੋ ਜਿੰਨਾ ਕ ਵਾਤਰ ਸੀਗਾ ਉਹ ਬੁੱਥਿਆ ਨੇ ਆਪਣੀ ਨਵੀਂ ਖਿੱਚ ਲਈ ਉਸ ਤੋਂ ਬਾਅਦ ਤੀਜੇ ਕਾਰਨੇ ਬੀ ਸੁਪਰ ਸੀਡਰ ਸਿਰਫ 1.5 2 ਇੰਚ ਨੀਚੇ ਜਾਂਦਾ ਜਿਹੜਾ ਵਾਤਰ ਆਪਣਾ ਜ਼ਮੀਨ ਦਾ ਹੁੰਦਾ ਉਹ 2 ਇੰਚ ਤੋਂ ਨੀਚੇ ਹੁੰਦਾ ਵਾ 2 ਇੰਚ ਤੱਕ ਤਾਂ ਜ਼ਮੀਨ ਦਾ ਵਾਤਰ ਬਹੁਤ ਘੱਟ ਹੁੰਦਾ ਉਸ ਦੇ ਵਿੱਚ ਬੁੱਥੇ ਵੀ ਮਿਕਸ ਹੋ ਗਏ ਵਾਤਰ ਪਹਿਲਾਂ ਹੀ ਘੱਟ ਸੀਗਾ ਦਾਣੇ ਵੀ 2 ਇੰਚ ਤੱਕ ਪਏ ਹੋਏ ਆ ਤਾਂ ਉਹ ਕਿਸਾਨ ਵੀਰ ਦੀ ਜੋ ਕਣਕ ਹੈ ਉਹ ਅਜੇ ਤੱਕ ਪੁੰਗਰੀ ਵੀ ਨਹੀਂ ਹੈ ਕਿਤੇ ਕਿਤੇ ਕੋਈ ਕੋਈ ਦਾਣਾ ਪੁੰਗਰਿਆ ਹੈ ਜਿਹੜਾ ਥੋੜਾ ਜਿਹਾ نیچے ਗਿਆ ਜਾਂ ਜਿੱਥੇ ਸੁਪਰ ਸੀਡਰ ਜ਼ਿਆਦਾ نیچے ਲੱਗ ਗਿਆ ਉਹ ਕਿਸਾਨ ਵੀਰ ਦੀ ਤੁਸੀਂ ਵੀਡੀਓ ਦੇਖ ਰਹੇ ਹੋ ਨੇ ਮੈਨੂੰ ਸੈਂਡ ਕੀਤੀ ਹੈ ਵੀ ਹੁਣ ਇਸ ਦਾ ਕੀ ਹੱਲ ਹੋ ਸਕਦਾ ਹੁਣ ਸ਼ਾਇਦ ਕਿਸਾਨ ਵੀਰ ਇਸ ਨੂੰ ਪਾਣੀ ਲਗਾਵੇ ਪਾਣੀ ਲਗਾਉਣ ਨਾਲ ਹੋ ਸਕਦਾ ਵਧੀਆ ਨਿਕਲ ਆਵੇ ਹੋ ਸਕਦਾ ਜਿਆਦਾ ਵੀ ਵਧੀਆ ਵੀ ਨਾ ਨਿਕਲੇ ਬਾਕੀ ਹੁਣ ਇਸ ਦਾ ਕੀ ਹਾਲ ਤੇ ਪਾਣੀ ਹੈ ਪਾਣੀ ਲਗਾਉਣ ਤੋਂ ਬਾਅਦ ਕਣਕ ਨਿਕਲਦੀ ਹੈ ਜਾਂ ਨਹੀਂ ਨਿਕਲਦੀ ਉਹ ਤੁਹਾਨੂੰ ਉਸ ਬਾਰੇ ਜਾਣਕਾਰੀ ਸਾਂਝੀ ਜ਼ਰੂਰ ਕਰਾਂਗੇ ਸੋ ਕਿਸਾਨ ਵੀਰੋ ਅਗਰ ਇਹੀ ਜ਼ਮੀਨ ਦੇ ਵਿੱਚ ਜ਼ੀਰੋ ਡ੍ਰਿਲ ਨਾਲ ਬਜਾਈ ਕੀਤੀ ਹੁੰਦੀ ਤਾਂ ਕਣਕ 8 ਦਿਨ ਦੇ ਵਿੱਚ ਨਿਕਲ ਆਉਣੀ ਸੀ ਕਿਉਂਕਿ ਜ਼ੀਰੋ ਡ੍ਰਿਲ 2 ਤੋਂ نیچے ਚੱਲ ਜਾਂਦੀ 2 ਇੰਚ ਤੋਂ 3 ਇੰਚ 4 ਇੰਚ ਤੱਕ ਆਪਾਂ ਜ਼ੀਰੋ ਡ੍ਰਿਲ ਨੂੰ ਲਗਾ ਸਕਦੇ ਹਾਂ ਤਾਂ ਉਸ ਦੇ نیچے ਬੱਦਰ ਬਹੁਤ ਹੁੰਦਾ ਜ਼ਮੀਨ ਦੇ ਤਾਂ ਦਾਣਾ ਜਲਦੀ ਪੁੰਗਰ ਜਾਂਦਾ ਆ ਕਿਸਾਨ ਵੀਰੋ ਮੇਰੀ ਇਹ ਵੀਡੀਓ ਬਣਾਉਣ ਦਾ ਮਕਸਦ ਇਹੀ ਸੀ ਅਗਰ ਤੁਸੀਂ ਸੁਪਰ ਸੀਡਰ ਨਾਲ ਬਜਾਈ ਕਰਨੀ ਹੈ ਤੇ ਆਪਣਾ ਜ਼ਮੀਨ ਦਾ ਵੱਤਰ ਪਹਿਲਾਂ ਜਰੂਰ ਦੇਖ ਲਓ ਅਗਰ ਵੱਤਰ ਤੁਹਾਨੂੰ ਥੋੜਾ ਕੁ ਵੀ ਘੱਟ ਲੱਗ ਰਿਹਾ ਤਾਂ ਸੁਪਰ ਸੀਡਰ ਨਾਲ ਬਜਾਈ ਕਰਨ ਤੋਂ ਗੁਰੇਜ਼ ਕਰੋ ਤੁਸੀਂ ਜੀ ਰੋ ਡ੍ਰਿਲ ਨਾਲ ਬਜਾਈ ਕਰ ਸਕਦੇ ਜਿਹ ਉੱਪਰੋਂ ਫੂਸ ਨੂੰ ਅੱਗ ਲਗਾ ਕੇ ਜੀ ਰੋ ਡ੍ਰਿਲ ਨਾਲ ਬਜਾਈ ਹੋ ਸਕਦੀ ਹੈ ਉਸ 'ਚ ਵੀ ਚੂਹਾ ਲੱਗਣ ਦਾ ਡਰ ਹੁੰਦਾ ਬਾਕੀ ਕਣਕ ਬਹੁਤ ਵਧੀਆ ਹੋ ਜਾਂਦੀ ਉਸ ਦੇ ਵਿੱਚ ਵੀ ਬਾਕੀ ਮੇਰੀ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਲਾਈਕ ਕਰ ਲਿਓ ਚੈਨਲ ਸਬਸਕ੍ਰਾਈਬ ਕਰ ਲਿਓ ਧੰਨਵਾਦ ਜੀ